ਅਧਿਕਾਰ ਹੈ ਮੈਨੂੰ ਚੁੱਕ ਕੇ ਮੈਨੂੰ ਸੁੱਟਣ ਦਾ ਅਧਿਕਾਰ ਹੈ। ਸਾਰਾ ਪੁੱਛੋ ਕਿੰਨੀ ਵਾਰੀ ਗਿਆ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟ ਦੇ ਬੈਠਣ। ਮੇਰੇ ਸਾਹਮਣੇ ਤਾਂ ਨਹੀਂ ਵਾੜੇ ਗਏ ਤੇ ਨਾ ਹੀ ਉਹ ਸਾਡੇ ਲੋਕਲ ਇੱਕ ਫੈਮਿਲੀ 'ਚ ਹੈ, ਉਹਨਾਂ ਦਾ ਫੈਮਿਲੀ ਵਿੱਚ ਵੀ ਥੋੜ੍ਹੀ ਪ੍ਰੋਬਲਮ ਰਹਿੰਦੀ ਹੈ, ਸਾਰੇ ਇਲਾਕੇ ਨੂੰ ਪਤਾ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਇੱਕ ਬੰਦਾ ਜਿਹੜਾ ਮੈਂਟਲੀ ਥੋੜ੍ਹੇ ਜਿਹੇ ਚੈਲੇਂਜ, ਉਹਨਾਂ ਨੂੰ ਇਉਂ ਨਾ ਕਰੋ। ਉਹ ਵਿਚਾਰਾ ਵੈਸੇ ਹੀ ਪ੍ਰੋਬਲਮ 'ਚ ਹੈ ਔਰ ਘਰ ਵੀ ਲੜਾਈ ਕਰਦੇ ਰਹਿੰਦੇ, ਉਹਨਾਂ ਨੂੰ ਇਸ ਤਰ੍ਹਾਂ ਨਾ ਕਰੋ, ਉਹਨੂੰ ਸਿੰਪਤੀ ਕਰੋ, ਉਹਨਾਂ ਨੂੰ ਨਾ ਭੰਡੋ। ਮੈਨੂੰ ਪਤਾ ਲੱਗਾ ਰੈਲੀ ਹੈ, ਰੈਲੀ ਦੇ ਵਿੱਚ ਮੈਂ ਅੱਗੇ ਗਈ ਹਾਂ। ਮੈਂ ਆਪਣਾ ਪੁਆਇੰਟ ਦੱਸਣਾ ਚਾਹੁੰਦਾ ਹਾਂ, ਮੇਅਰ ਸਾਹਿਬ ਨੇ ਮੇਰੇ ਨਾਲ ਪਿਛਲੇ ਵੋਟਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇਰਾ ਕਨੈਕਸ਼ਨ ਅਸੀਂ ਕਰਾ ਦੇਵਾਂਗੇ ਇਹ ਇਲੈਕਸ਼ਨ ਹੋਣ ਦੇ, ਲੇਕਿਨ ਅੱਜ ਤੱਕ ਮੈਂ 20 ਵਾਰੀ ਇਹਨਾਂ ਨੂੰ ਮਿਲਾਂ, ਕੋਈ ਕਨੈਕਸ਼ਨ ਨਹੀਂ ਮੇਰਾ ਕੀਤਾ। ਉਲਟਾ ਗਲੀ ਗਲਤ ਬਣੀ ਦੀ ਹੈ, 21 ਦਾ ਬਜਰਾ ਪਾ ਕੇ ਬੇਵਕੂਫ ਬਣਾ ਰਹੇ ਆ, ਲੋਕਾਂ ਦੀਆਂ ਗਲੀਆਂ ਗਲਤ ਬਣਾਈ ਦੀਆਂ, ਬੈਠ ਰਹੀਆਂ ਥੜੇ ਗਲਤ ਬਣਾ ਦਿੱਤੇ ਦੇ ਆ। ਜਿਹੜੇ ਕੋਈ ਗੱਲ ਕਰੋ ਕੋਈ ਨਹੀਂ, ਡਿਕਟੇਟਰਸ਼ਿਪ ਚਲਾ ਰਹੇ ਨੇ। ਮੈਂ ਵੀ ਗਵਰਨਮੈਂਟ ਇੰਪਲਾਈ, ਜੇ ਵੋਟਰ ਆਪਣਾ ਬੋਲ ਕੇ ਨਹੀਂ ਗੱਲ ਦੱਸ ਸਕਦਾ ਤੇ ਕੀ ਕਰ ਸਕਦਾ? ਧੱਕੇ ਮਾਰ ਕੇ ਬਾਹਰ ਕੱਢ ਰਹੇ ਵੋਟਰ ਨੂੰ, ਜਾਂ ਵੋਟਰ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ? ਅਧਿਕਾਰ ਹੈ ਕਿ ਨਹੀਂ ਹੈ? ਅੱਜ ਇਹੋ ਗੱਲ ਕਹੀ ਹੈ, ਮੈਂ ਮੇਅਰ ਸਾਹਿਬ ਦੇ ਪਿੰਜ ਸਾਹਿਬ ਆਏ, ਮੈਂ ਤੁਸੀਂ ਮੇਰੇ ਨਾਲ ਵਾਅਦੇ ਕਰਕੇ ਤੇ ਸਟੇਜਾਂ ਤੇ ਆ ਕੇ ਤੁਸੀਂ ਗਲਤ ਕਰ ਰਹੇ ਹੋ, ਗਲਤ ਪ੍ਰੋਮਿਸ ਕਰ ਰਹੇ ਹੋ ਲੋਕਾਂ ਨਾਲ। ਤੁਹਾਨੂੰ ਧੱਕੇ ਵੱਜੇ? ਹਾਂ, ਧੱਕੇ ਮਾਰੇ ਇਹਨਾਂ ਨੇ, ਧੱਕੇ ਮਾਰੇ ਨਾ, ਬੰਦੇ ਇਕੱਠੇ ਕੀਤੇ 10 ਨੰਬਰੀਆਂ ਬੰਦੇ ਕਰਕੇ ਤੇ ਰੈਲੀਆਂ ਕਰਦੇ ਨੇ, ਬੇਵਕੂਫ ਬਣਾਉਂਦੇ ਪਬਲਿਕ ਨੂੰ। ਪਬਲਿਕ ਨੂੰ 1,00,000 ਦੇਵਾਂਗੇ, 10,000 ਦੇਵਾਂਗੇ, 20,000 ਦੇਵਾਂਗੇ, ਕਿਸੇ ਨੇ ਨਹੀਂ ਦੇਣਾ। ਮੈਂ ਕੇਜਰੀਵਾਲ ਨੂੰ ਅੱਗੇ ਵੀ ਚਿੱਠੀਆਂ ਲਿਖ ਚੁੱਕੇ ਹਾਂ, ਕਿਸੇ ਨੇ ਮੇਰੇ ਹੱਲ ਨਹੀਂ ਕੀਤਾ, 5 ਸਾਲ ਦਾ ਨਹੀਂ ਹੱਲ ਕੀਤਾ। ਅਸ਼ਵਨੀ ਨੂੰ ਦੱਸਿਆ, ਕਹਿੰਦਾ ਚੋਣ ਸੰਹਿਤਾ ਲੱਗੀ ਹੈ, ਮੈਂ 5 ਸਾਲ ਤੋਂ ਚੋਣ ਸੰਹਿਤਾ ਲੱਗੀ ਹੈ, ਇੱਕ ਕਨੈਕਸ਼ਨ ਨਹੀਂ ਇਹ ਕਰਾ ਸਕਦੇ। ਹੋਰ ਇਹਨਾਂ ਨੇ ਕੀ ਕਰਨਾ ਆ? ਹੋਰ ਕੀ ਕਰ ਸਕਦੇ? ਕੀ ਸ਼ਰਾਬਤ ਕਰ ਸਕਦੇ ਨਾ? ਜੇ ਵੋਟਰ ਇਲੈਕਸ਼ਨ 'ਚ ਬੋਲਦਾ ਤੇ ਬੋਲਣ ਦਾ ਅਧਿਕਾਰ ਹੀ ਨਹੀਂ ਹੈ ਉਹਨੂੰ, ਉਹਨੂੰ ਧੱਕੇ ਮਾਰ ਦਿਓ, ਬਾਹਰ ਕੱਢ ਦਿਓ। ਮੈਂ ਕੋਈ ਸ਼ਰਾਬ ਨਹੀਂ ਪੀਤੀ, ਹੁਣੇ ਮੈਡੀਕਲ ਕਰਾਓ, ਤੁਸੀਂ ਟੈਸਟ ਕਰਾਓ, ਇਹਦਾ ਵੀ ਕਰਾਓ, ਮੈਡੀਕਲ ਮੇਰਾ ਵੀ ਕਰਾਓ। ਹਾਂ, ਮੈਂ ਵਿੱਕੀ ਦੇ ਪਿੱਛੇ ਆਇਆ, ਅਸੀਂ ਵਿੱਕੀ ਅੱਜ ਵੀ MP ਖੜੋ ਜੀ, ਅਸੀਂ ਵੋਟ ਦੇਣ ਨੂੰ ਤਿਆਰ ਹੈਗੇ ਹਾਂ। ਰੰਧਾਵੇ ਸਾਹਿਬ ਦਾ ਕਿਹੜਾ ਫੋਨ ਨੰਬਰ ਹੈ, ਕਿੱਥੋਂ ਅਸੀਂ ਪੁੱਛਣਾ ਨਹੀਂ ਹੈ? ਵੋਟਰ ਨਹੀਂ ਪੁੱਛ ਸਕਦਾ, ਵੋਟ ਦੇ ਕੇ ਬਾਅਦ 'ਚ ਲੱਭਣਾ ਕਿੱਥੇ ਹੈ? ਮੈਨੂੰ ਮਾਰੇਗੇ ਇੱਥੇ, ਗੱਲ ਕਿਉਂ ਸਟੇਜ ਤੇ ਕਰਨ ਦੀ? ਇਹਨਾਂ ਨੇ, ਇਹਦੀ ਪਾਰਟੀ ਨੇ ਮਾਰੇ, ਇਹਨਾਂ ਬੰਦੇ ਇਕੱਠੇ ਕੀਤੇ ਤੇ ਬਸ ਖਿੱਚ ਕੇ ਲੈ ਗਏ। ਕਿਹੜੀ ਪਾਰਟੀ? ਕਾਂਗਰਸ ਪਾਰਟੀ ਦੇ, ਕਾਂਗਰਸ ਪਾਰਟੀ ਇਹ ਆ ਰਹੀ ਹੈ 75 ਸਾਲ ਰਾਜ ਕੀਤੇ, ਸਾਨੂੰ ਨਹੀਂ ਪਤਾ ਕਿ ਹੇਰਾ ਫੇਰੀਆਂ ਕੀਤੀਆਂ, ਅੱਜ ਇਹ ਗੱਲਾਂ ਕਰ ਕਰਕੇ ਦੱਸਣ ਡੇ ਨਾ। ਕੋਈ ਵੀ ਪਾਰਟੀ, ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ, ਕੰਮ ਹੋਣੇ ਚਾਹੀਦੇ ਨੇ। ਸਰਕਾਰੀ ਮਹਿਕਮੇ 'ਚ ਇੰਨੀ ਕਰਪਸ਼ਨ ਹੈ, ਸਟੇਟ ਦੇ ਮਹਿਕਮੇ 'ਚ ਤੁਹਾਨੂੰ ਕੀ ਦੱਸਣ ਨਹੀਂ, ਸਾਡੇ ਸੈਂਟਰ ਦੇ ਮਹਿਕਮੇ 'ਚ ਨਹੀਂ ਹੈ? ਇਹ ਤਾਂ ਬੇਵਕੂਫ ਬਣਾਉਂਦੇ ਨੇ, ਤੁਸੀਂ ਕੋਰਟ ਕਚਹਿਰੀ ਚੱਲ ਜਾਓ, ਰਜਿਸਟਰੀ ਕਰਾਉਣ ਦੇ ਇੰਨੇ ਪੈਸੇ ਦੇ ਦਿਓ ਜੀ, ਇੱਧਰ ਉਨੇ ਪੈਸੇ ਦੇ ਦਿਓ ਜੀ, ਇੱਧਰ ਉਨੇ ਦੇ ਦਿਓ, ਜਿਹਦਾ ਕੋਈ ਮਾਂ ਬਾਪ ਹੀ ਨਹੀਂ। ਕਿਆ ਰੇਲਵੇ ਮੋਦੀ ਕਹਿ ਰਿਹਾ ਮੈਂ ਪਿੰਡ ਪਿੰਡ 'ਚ ਕਨੈਕਸ਼ਨ, ਤੇ ਮੈਂ ਚਿੱਠੀਆਂ ਲਿਖੀਆਂ, ਮੇਰੇ ਕੋਲ ਪ੍ਰੂਫ ਹੈਗੇ ਨਾ, ਕਿਸੇ ਨੇ ਕਨੈਕਸ਼ਨ ਨਹੀਂ ਅੱਜ ਤੱਕ ਮੇਰਾ ਕਰਾਇਆ। ਧੱਕੇ ਵੱਜਿਆ, ਮੈਂ ਤਾਂ ਸੰਦੇਸ਼ ਦੇਣਾ ਚਾਹੁੰਦਾ ਇਹੋ ਜਿਹੀਆਂ ਰੈਲੀਆਂ ਨੂੰ ਦਫਾ ਕਰੋ, ਜੇ ਵੋਟਰ ਨੂੰ ਜਾ ਕੇ ਬੋਲਣ ਦਾ ਅਧਿਕਾਰ ਹੀ ਨਹੀਂ ਹੈ। ਤੁਸੀਂ ਕਿੱਥੋਂ 5 ਸਾਲ ਲੱਭਣਾ, ਇਹਨਾਂ ਨੂੰ ਦੱਸੋ ਨਾ ਕਿੱਥੋਂ ਲੱਭਣਾ, ਰੈਲੀ ਕਰਨਾ ਹੈ, ਗੱਲ ਤਾਂ ਸੁਣੋ, ਇਹਦਾ ਦਫ਼ਤਰ ਕਿੱਥੇ ਹੈ? ਅਸੀਂ ਪੁੱਛ ਨਹੀਂ ਸਕਦੇ ਕਿੱਥੇ ਦਫ਼ਤਰ ਤੁਹਾਡਾ, ਕਿਹੜਾ ਫੋਨ ਨੰਬਰ ਅਸੀਂ ਕੰਟੈਕਟ ਕਰਨਾ, ਕਿੱਦਾਂ ਕਰਨਾ ਤੁਹਾਡੇ ਨਾਲ? ਅੱਜ ਤੁਸੀਂ ਵੋਟ ਲੱਗੇ, ਕੱਲ੍ਹ ਨੂੰ ਕੰਟੈਕਟ ਕਿੱਥੇ ਕਰਨਾ? ਅਤੇ ਲੋਕਾਂ ਨੂੰ ਕਣਕ ਘੱਟ ਮਿਲ ਰਹੀ ਹੈ, ਗਰੀਬ ਲੋਕ ਵਿਚਾਰੇ ਬੋਲ ਸਕਦੇ ਆ? ਕਿਆ ਫੂਡ ਸਪਲਾਈ ਵਾਲੇ ਅਫਸਰ ਰਲੇ ਦੇ ਨਾਲ, ਮਹਿਕਮਾ ਮਿਨਿਸਟਰ ਸਾਰੇ ਰਲੇ ਦੇ ਨਾਲ ਸਭ ਕੁਝ ਹੋ ਰਿਹਾ? ਅਸੀਂ ਵੀ ਨੌਕਰੀ ਕਰਨੀ, ਸਾਨੂੰ ਪਤਾ ਕੀ ਕੁਛ ਹੋ ਰਿਹਾ।